पत्रकार भाईचारा आने वाले नवे साल के गुरपुरब की लख लख बधाई देंदे हुए मैं अज थोड़े राही देश भर च पंजाब च गल दसनी चाहना भी पिछली 12 अगस्त 2021 असी पंजाब की राजनीति की स्थिति नूं सुधारन दे लई अपने हम ख्याली लोगों के नाल चंडीगढ़ प्रेस क्लब च प्रेस वार्ता करके एक समझौता किया सी ता जो पंजाब नूं पंजाबीयत नूं पंजाब दे पाणी पंजाब की किसानी ते पंजाब की जवानी नूं बचाया जा सके। लेकिन पिछले कुछ महीनों के घटनाक्रम जो देखिए तो जिहड़ियां धिरां नाल असीं समझौता किया सी ਉਹ ਕਿਤੇ ਨਾ ਕਿਤੇ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਹੱਥ ਮਿਲਾਉਂਦੀਆਂ ਨਜ਼ਰ ਆਈਆਂ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਆਜ਼ਾਦ ਸਮਾਜ ਪਾਰਟੀ ਔਰ ਭੀਮ ਆਰਮੀ ਜਿਹੜਾ ਸਾਡਾ ਸੋਸ਼ਲ ਸੰਗਠਨ ਆ ਅਸੀਂ ਹਮੇਸ਼ਾ ਹੀ ਮਾਨਵਤਾ ਦੀ ਗੱਲ ਕੀਤੀ ਆ ਔਰ ਸਾਡੇ ਲਈ ਰਾਜਨੀਤੀ ਕਰਨਾ ਓਨਾ ਹੀ ਜ਼ਰੂਰੀ ਆ ਕਿਉਂਕਿ ਸਾਡਾ ਮਿਸ਼ਨ ਆ। बाबा साहब अंबेडकर ने जिहड़े हक हकूक लैके दिते आ आम लोगों नूं देश का आईन लिखिया देश का संविधान लिखिया उहदे च किते भी फिरका प्रस्त ताकतां नूं जगह नहीं दित्ती गई। साडा पिछली 12 अगस्त नूं संयुक्त अकाली दल दे नाल जिन्हां नूं असीं ढींडसा ग्रुप भी कहिंदे आ उहनां दे नाल साडा अलायंस होया सी जिहदे च होर भी हमख्याली पार्टियां उत्ते चंडीगढ़ कट्टियां होईयां सी ਜਿਹ 'ਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਖਾਸ ਕਰਕੇ ਜਿਹੜਾ ਸਮਰਥਨ ਦਿੱਤਾ ਸੀਗਾ ਪੰਜਾਬ ਭਰ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਲਈ। ਲੇਕਿਨ ਕੱਲ੍ਹ ਜਿਹੜਾ ਦਿੱਲੀ ਦੇ ਵਿੱਚ ਸੰਯੁਕਤ ਅਕਾਲੀ ਦਲ ਨੇ ਢੀਂਡਸਾ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਇੰਸ ਕੀਤਾ ਪੰਜਾਬ ਦੇ ਵਿੱਚ ਉਹਦੇ ਕਰਕੇ ਜਿਹੜੀ ਸਾਡੀ ਨੈਸ਼ਨਲ ਕੋਰ ਕਮੇਟੀ ਆ ਔਰ ਸਾਡੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਕੱਲ੍ਹ ਫੌਰੀ ਤੌਰ 'ਤੇ ਜਿਹੜੀ ਮੀਟਿੰਗ ਸੱਦੀ ਹੈ ਦਿੱਲੀ ਦੇ ਵਿੱਚ ਉਹਦੇ 'ਚ ਫੈਸਲਾ ਕੀਤਾ ਗਿਆ ਵੀ ਅਸੀਂ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਨਹੀਂ ਜਾ ਸਕਦੇ। ਇਸ ਕਰਕੇ ਅੱਜ ਜਿਹੜੀ ਪ੍ਰੈਸ ਮਿਲਣੀ ਜਿਹੜੀ ਪ੍ਰੈਸ ਵਾਰਤਾ ਲੁਧਿਆਣਾ 'ਚ ਰੱਖੀ ਗਈ ਹੈ ਇਹਦਾ ਵਿਸ਼ੇਸ਼ ਮੰਤਵ ਇਹੀ ਆ ਵੀ ਅਸੀਂ ਜਿਹੜਾ ਇਹ ਸਮਝੌਤਾ 'ਚ ਸੰਯੁਕਤ ਅਕਾਲੀ ਦਲ ਢੀਂਡਸਾ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਆਪਣਾ ਸਮਝੌਤਾ ਰੱਦ ਕਰਦੇ ਹਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੋਵੇ ਕਿਉਂਕਿ ਢੀਂਡਸਾ ਜੀ ਵੀ ਜਦੋਂ ਅਕਾਲੀ ਦਲ ਛੱਡ ਕੇ ਬਾਹਰ ਆਏ ਤਾਂ ਉਹਨਾਂ ਨੂੰ ਵੀ ਦੁੱਖ ਤਕਲੀਫਾਂ ਸੀ ਆਪਣੇ ਜਿਹੜੇ ਉਹਨਾਂ ਦੇ ਪਹਿਲਾਂ ਆਗੂ ਸਾਹਿਬਾਨ ਰਹੇ ਨੇ। ਸਾਡੀ ਵੀ ਜਿਹੜੀ ਪਾਰਟੀ ਬਣੀ ਆ ਅਸੀਂ ਵੀ ਆਪਣੇ ਸਮਾਜ ਦੀ ਔਰ ਖਾਸ ਤੌਰ 'ਤੇ ਜਿਹੜੇ ਮਾਈਨੋਰਟੀਜ਼ SC ST OBC ਇਹਨਾਂ ਦੀ ਦੁਰਦਸ਼ਾ ਨੂੰ ਦੇਖਦੇ ਹੋਏ ਜਿਹੜੀ ਹੈ ਪਾਰਟੀ ਦਾ ਗਠਨ ਕੀਤਾ ਗਿਆ ਸੀ ਵੀ ਕਿਸੇ ਸੁਧਾਰ ਵਾਲੇ ਪਾਸੇ ਗੱਲ ਜਾਵੇ। ਲੇਕਿਨ ਜੇ ਫਿਰ ਫਿਰਕਾ ਪ੍ਰਸਤ ਤਾਕਤਾਂ ਨੂੰ ਅਹਿਮੀਅਤ ਦਿੱਤੀ ਜਾਊਗੀ ਤਾਂ ਸਾਡਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਆ। ਇਸ ਕਰਕੇ ਅੱਜ ਦੀ ਪ੍ਰੈਸ ਵਾਰਤਾ 'ਚ ਮੈਂ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਪੰਜਾਬ ਦੇ ਵਿੱਚ ਜਿਹੜਾ ਸਮਝੌਤਾ ਹੋਇਆ ਸੀ ਸੰਯੁਕਤ ਅਕਾਲੀ ਦਲ ਦੇ ਨਾਲ ਢੀਂਡਸਾ ਗਰੁੱਪ ਦੇ ਨਾਲ ਉਹਨੂੰ ਅੱਜ ਅਸੀਂ ਜਿਹੜਾ ਵਾ ਤੋੜਨ ਦਾ ਇੱਥੋਂ ਐਲਾਨ ਕਰਦੇ ਹਾਂ। ਸਰ ਸ਼ਰਤਾਂ ਨਹੀਂ ਪਹਿਲੇ ਤੈਅ ਹੋਈਆਂ ਸੀ ਕਿ ਆਪਾਂ ਸਮਝੌਤਾ ਕਰ ਰਹੇ ਹਾਂ ਆਪਣੇ ਅੰਦਰ ਆ ਸ਼ਰਤਾਂ ਤੈਅ ਨਹੀਂ? ਸ਼ਰਤਾਂ ਦੀ ਗੱਲ ਇਹ ਤਾਂ ਸੀ ਵੀ ਨਾ ਤਾਂ ਕੋਈ ਸੀਟਾਂ ਦੀ ਵੰਡ ਦੀ ਗੱਲ ਹੋਈ ਸੀ ਕਿਉਂਕਿ ਹਜੇ ਇੱਕ ਤੀਜਾ ਮੋਰਚਾ ਬਣਾਉਣ ਦੀ ਗੱਲ ਚੱਲ ਰਹੀ ਸੀ ਕਿਉਂਕਿ ਦਿਨ ਪ੍ਰਤੀ ਦਿਨ ਜਿਹੜੇ ਪੰਜਾਬ ਦੇ ਰਾਜਨੀਤਿਕ ਹਾਲਾਤ ਨੇ ਉਹ ਬਦਲਦੇ ਜਾ ਰਹੇ ਨੇ। ਹਾਲਾਂਕਿ ਢੀਂਡਸਾ ਜੀ ਨਾਲ ਇਹ ਗੱਲ ਹੋਈ ਸੀ ਵੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਲੇਕਿਨ ਤੁਸੀਂ ਅੱਗੇ ਚਾਹੇ ਜਿਹਦੇ ਨਾਲ ਵੀ ਸਮਝੌਤਾ ਕਰੋਗੇ ਠੀਕ ਆ ਲੇਕਿਨ ਉਹਦੇ 'ਚ ਇਹ ਮਨਜ਼ੂਰ ਨਹੀਂ ਆ ਵੀ ਅਸੀਂ BJP ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਨੇ ਕਿਸਾਨੀ ਦਾ ਨੁਕਸਾਨ ਕੀਤਾ ਔਰ ਪਿਛਲੇ 7-8 ਸਾਲ ਤੋਂ ਜਿਹੜੇ ਦੇਸ਼ ਨੂੰ ਵੇਚਣ ਦੇ ਲਈ ਜਿਨ੍ਹਾਂ ਨੇ ਆਪਣੀ ਹਰ ਇੱਕ ਟੀਲਾ ਲਾਇਆ ਅਸੀਂ ਉਹਨਾਂ ਤਾਕਤਾਂ ਦੇ ਨਾਲ ਨਹੀਂ ਜਾ ਸਕਦੇ। ਇਸ ਕਰਕੇ ਅੱਜ ਜਿਹੜੀ ਇਹ ਪ੍ਰੈਸ ਵਾਰਤਾ ਹੈ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਦੁਬਾਰਾ ਫਿਰ ਅਸੀਂ ਸੰਯੁਕਤ ਅਕਾਲੀ ਦਲ ਔਰ ਜਿਹੜੇ ਵੀ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਜਾਂ BJP ਆ ਸਾਡਾ ਇਹਨਾਂ ਦੇ ਨਾਲ ਕੋਈ ਅਲਾਇੰਸ ਨਹੀਂ ਹੈ ਨਾ ਅਸੀਂ ਇਹਨਾਂ ਨਾਲ ਸਮਝੌਤੇ 'ਚ ਰਵਾਂਗੇ ਔਰ ਅੱਗੇ ਜੋ ਵੀ ਪੰਜਾਬ ਦੇ ਰਾਜਨੀਤਿਕ ਹਾਲਾਤ ਬਣਨਗੇ ਉਹਨਾਂ ਬਾਰੇ ਵੀ ਸਮਝੋ। ਜਿਹੜੇ ਕਿਸਾਨਾਂ ਨੇ ਇੱਕ ਪਾਰਟੀ ਬਣਾਈ ਆ ਤੁਸੀਂ ਕੀ ਉਹਨਾਂ ਨਾਲ ਗੱਲਬਾਤ ਕਰਦੇ ਵੀ ਤੁਹਾਡੀ? ਦੇਖੋ ਜਿਹੜੀ ਸਾਡੀ ਨੈਸ਼ਨਲ ਕੋਰ ਕਮੇਟੀ ਆ ਉਹ ਖਾਸ ਕਰਕੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਇਹਨਾਂ ਦੇ ਸਾਡੇ ਉੱਪਰ ਕਈ ਲੋਕਾਂ ਨਾਲ ਗੱਲ ਚੱਲ ਰਹੀ ਹੈ ਕਈ ਪਾਰਟੀਆਂ ਨਾਲ ਗੱਲ ਚੱਲ ਰਹੀ ਆ ਬਹੁਤ ਛੇਤੀ ਜਿਹੜੀ ਆ ਤੁਹਾਨੂੰ ਅਸੀਂ ਇਹਦੇ ਬਾਰੇ ਦੱਸਾਂਗੇ ਕਿਉਂਕਿ
ਅਸੀਂ ਵੀ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਡਿਵੀਜ਼ਨ ਨਾ ਹੋਵੇ ਵੋਟਾਂ ਦੀ। ਕਿਸਾਨਾਂ ਨਾਲ ਵੀ ਗੱਲ ਚੱਲ ਰਹੀ ਆ, ਹੋਰ ਵੀ ਇੱਕ ਦੋ ਜਿਹੜੀਆਂ ਇੱਦਾਂ ਦੀਆਂ ਅਹਿਮ ਪਾਰਟੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਵੀ ਗੱਲ ਚੱਲ ਰਹੀ ਆ। ਬਹੁਤ ਜਲਦੀ ਜਿਹੜੀ ਆ ਅਗਲੀ ਨਵੀਂ ਗੱਲ ਤੁਹਾਨੂੰ ਅਸੀਂ ਦੱਸਾਂਗੇ। ਹੱਕ ਸਾਹਿਬ ਬੈਠੇ ਨੇ, ਇਹਨਾਂ ਦਾ ਵੀ ਜਿਹੜਾ ਸਮਰਥਨ ਸੀਗਾ ਉਸ ਵੇਲੇ, ਕਿਉਂਕਿ ਸਾਡੇ ਨਾਲ ਬਹੁਤ ਦੇਰ ਤੋਂ ਚੱਲੇ ਹੋਏ ਨੇ, ਇਹ ਵੀ ਤੁਹਾਨੂੰ ਦੱਸਣਗੇ ਵੀ ਇਹ ਇਹਨਾਂ ਦਾ ਕੀ ਅੱਗੇ ਵਿਚਾਰ ਆ। ਹਾਂਜੀ ਹੱਕ ਸਾਹਿਬ, ਇਹ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਦੀ ਸਥਿਤੀ ਹੈ। ਚੰਦਰ ਸ਼ੇਖਰ ਆਜ਼ਾਦ ਜੀ ਸਾਡੇ ਰਾਸ਼ਟਰੀ ਪ੍ਰਧਾਨ ਨੇ, ਕਿਉਂਕਿ ਇਹ ਨੈਸ਼ਨਲ ਪਾਰਟੀ ਹੈ, ਆਜ਼ਾਦ ਸਮਾਜ ਪਾਰਟੀ। ਹਾਂ ਬਿਲਕੁਲ, ਆਜ਼ਾਦ ਸਮਾਜ ਪਾਰਟੀ ਜਿਹੜੀ ਰਾਸ਼ਟਰੀ ਪਾਰਟੀ ਹੈ, ਔਰ ਚੋਣ ਨਿਸ਼ਾਨ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੇਤਲੀ ਜਿਹੜਾ ਚੋਣ ਨਿਸ਼ਾਨ ਆ ਉਹ ਦਿੱਤਾ ਵਾ ਪਾਰਟੀ ਨੂੰ 5 ਰਾਜਾਂ ਦੇ ਲਈ, ਅਤੇ ਇਸ ਕਰਕੇ ਜਿਹੜੀ ਨੈਸ਼ਨਲ ਪਾਰਟੀ ਆ ਇਹਦਾ ਸਾਰਾ ਡਿਸੀਜਨ ਜਿਹੜਾ ਦੇਖੋ। ਗੱਲ ਇਹ ਆ ਵੀ ਮੈਂ ਫਿਰ ਦੁਬਾਰਾ ਤੁਹਾਨੂੰ ਦੁਹਰਾ ਰਿਹਾ ਗੱਲ, ਬਈ ਅਸੀਂ ਚਾਹੁੰਦੇ ਹਾਂ ਵੀ ਵੋਟਾਂ ਦੀ ਡਿਵੀਜ਼ਨ ਨਾ ਹੋਵੇ, ਕੋਈ ਵੋਟ ਕਟੂਆ ਕੁਛ ਇੱਦਾਂ ਦੀ ਗੱਲ ਨਾ ਹੋਵੇ। ਇੱਕ ਪਲੇਟਫਾਰਮ 'ਤੇ ਇੱਕ ਬਟਨ ਦਬਾ ਕੇ ਜਿਹੜੀ ਵੋਟ ਪੈਣੀ ਆ ਉਹਦੀ ਅਹਿਮੀਅਤ ਹੋਰ ਹੁੰਦੀ ਆ। ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਚੰਗੇ ਧਿਰਾਂ ਦੇ ਨਾਲ, ਚਾਹੇ ਕਿਸਾਨ ਜਥੇਬੰਦੀਆਂ ਨੇ, ਚਾਹੇ ਕਲਾਕਾਰ ਭਾਈਚਾਰਾ ਜਾਂ ਹੋਰ ਪਾਰਟੀਜ਼ ਨੇ, ਇਹਨਾਂ ਦੇ ਨਾਲ ਸਾਡੀ ਅਲਾਇੰਸ ਦੀ ਗੱਲ ਚੱਲ ਰਹੀ ਆ। ਬਹੁਤ ਛੇਤੀ ਜਿਹੜਾ ਵਾ ਅਸੀਂ ਅਲਾਇੰਸ ਵਾਲੇ ਪਾਸੇ ਜਿਹੜਾ ਜਾ ਕੇ ਪੰਜਾਬ ਨੂੰ ਇੱਕ ਬਿਹਤਰ ਜਿਹੜੀ ਆ ਸਰਕਾਰ ਦੇਣ ਦੀ ਕੋਸ਼ਿਸ਼ ਕਰਾਂਗੇ। ਸਿਆਸੀ ਪਾਰਟੀ ਹੈ, ਮੇਰਾ ਨਾਮ ਮਕਸੂਦ ਉਲ ਹੱਕ ਹੈ ਅਤੇ ਮੈਂ ਨੈਸ਼ਨਲ ਸੈਕਟਰੀ ਰਾਬਤਾ ਕਮੇਟੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਬਣਾਉਣ ਵਾਲਾ। ਅਤੇ ਅੱਜ ਜਿਹੜਾ ਘਟਨਾਕਰਨ ਹੋਇਆ ਅਤੇ ਫਿਰਕਾ ਪ੍ਰਸਤ ਤਾਕਤਾਂ ਦੇ ਨਾਲ ਕਿ ਢੀਂਡਸਾ ਸਾਹਿਬ ਨੇ ਜਿਹੜਾ ਇੱਕ 12 ਅਗਸਤ ਨੂੰ ਫਰੰਟ ਬਣਾਇਆ ਸੀ, ਅਸੀਂ ਵੀ ਉਹਦੇ ਵਿੱਚ ਸ਼ਾਮਿਲ ਸੀ, ਕਿ ਇਸ ਕਰਕੇ ਗਏ ਸੀ ਕਿ ਉਹ ਸੈਕੂਲਰ ਤਾਕਤਾਂ ਨੂੰ ਮਜ਼ਬੂਤ ਕਰਨਗੇ, ਹਮਖਿਆਲੀ ਲੋਕਾਂ ਨੂੰ ਨਾਲ ਲੈ ਕੇ, ਕਿ ਪੰਜਾਬ ਦੇ ਅੰਦਰ ਜਿਹੜੀਆਂ ਬੁਰਾਈਆਂ ਫੈਲੀਆਂ ਹੋਈਆਂ ਨੇ ਕਿ ਅਸੀਂ ਉਹਨਾਂ ਨੂੰ ਖਤਮ ਕਰ ਸਕੀਏ। ਪਰ ਅੱਜ ਬੜਾ ਦੁੱਖ ਹੋਇਆ ਕਿ ਉਹ ਉਹਨਾਂ ਤਾਕਤਾਂ ਦੇ ਨਾਲ ਚਲੇ ਗਏ ਕਿ ਜਿਹੜੇ ਭਾਈਚਾਰੇ ਨੂੰ ਜਾਂ ਮੁਲਕ ਨੂੰ ਨੁਕਸਾਨ ਕਰਨਾ ਨੁਕਸਾਨ ਦੇਣਾ ਚਾਹੁੰਦੇ ਨੇ। ਅੱਜ ਅਸੀਂ ਉਹਨਾਂ ਦੇ ਨਾਲ ਅਲਾਇੰਸ ਤੋੜ ਰਹੇ ਹਾਂ। ਅਸੀਂ ਆਜ਼ਾਦ ਸਮਾਜ ਪਾਰਟੀ ਚੰਦਰ ਸ਼ੇਖਰ ਜੀ ਦੇ ਨਾਲ ਉੱਤਰ ਪ੍ਰਦੇਸ਼ 'ਚ ਵੀ ਔਰ ਪੂਰੇ ਇੱਥੇ ਪੰਜਾਬ ਦੇ ਅੰਦਰ ਵੀ, ਅਤੇ ਅਸੀਂ ਨਾਲ ਖੜ੍ਹੇ ਹਾਂ ਉਹਨਾਂ ਦੇ, ਕਿ ਹੋਰ ਹਮਖਿਆਲੀ ਪਾਰਟੀਆਂ ਨੇ ਜਿਹੜੀਆਂ, ਅਸੀਂ ਉਹਨਾਂ ਦੇ ਨਾਲ ਗਠਬੰਧਨ ਕਰਕੇ ਪੰਜਾਬ ਦੇ ਅੰਦਰ ਹੱਥ ਮਜ਼ਬੂਤ ਕਰਾਂਗੇ, ਕਿ ਆਉਣ ਵਾਲਾ ਜਿਹੜਾ ਤੀਸਰਾ ਜਾਂ ਚੌਥਾ ਫਰੰਟ ਹੈ ਜਿਹੜਾ, ਕਿ ਘੱਟ ਗਿਣਤੀਆਂ ਮਜ਼ਦੂਰਾਂ ਕਿਸਾਨਾਂ ਦੀ ਜਿਹੜੀ ਆਵਾਜ਼ ਨੂੰ ਬੁਲੰਦ ਕਰ ਸਕਣ। ਅੱਜ ਤੋਂ ਬਾਅਦ ਸਾਡਾ ਉਹਨਾਂ ਨਾਲ ਕੋਈ ਸਮਝੌਤਾ ਨਹੀਂ, ਕੋਈ ਅਲਾਇੰਸ ਨਹੀਂ।